ਤੈਦਰੋਂ ਮਿੰਟੂ ਜੀ ਕਮੈਂਟ ਵੀ ਆਉਂਦੇ ਪਏ ਆਪਾਂ ਇਹਦੀ ਗੱਲਬਾਤ ਵੀ ਵੈਸੇ ਕਰਨੀ ਸੀਗੀ ਮਨਜੀਤ ਪਰਮਾਰ ਜੀ ਤੇ ਇੱਕ ਹੈਗੇ ਨਾਗੇ ਸਹਿਜੋਤ ਕੋਰ ਜੀ ਆ ਇਹ ਕਹਿੰਦੇ ਸੀ ਕਿ ਬਈ ਸੁਆਤੀ ਮਾਲੀਵਾਲ ਨਾਲ ਜੋ ਹੋਇਆ ਮਿੰਟੂ ਜੀ ਉਹਨੂੰ ਲੈ ਕੇ ਐਕਸ਼ਨ ਨਹੀਂ ਹੋ ਰਿਹਾ ਜੀ ਤਾਂ ਨਾਲ ਹੀ ਇਹ ਲਿਖਦੇ ਪਏ ਨੇ ਸਹਿਜੋਤ ਕੋਰ ਇਹ ਕਹਿੰਦੇ ਜੀ ਕਿ ਸੂਤਰ ਦੱਸਦੇ ਆ ਕਿ ਕੇਜਰੀਵਾਲ ਦੀ ਪਾਰਟੀ ਦੇ ਵਿੱਚ ਤਰੇੜ ਆ ਗਈ ਹੈ ਸੰਜੇ ਸਿੰਘ ਬਨਾਮ ਕੇਜਰੀਵਾਲ ਹੋਈ ਪਈ ਹੈ ਜੀ ਕਹਿੰਨੇ ਕਿ ਬਈ ਅ ਦੇਖੋ ਇੱਕ ਹੋਰ ਵੀ ਕਰੇ ਨੇ ਕਿ ਪੰਜਾਬੀ ਚ ਵੀ ਲਿਖੇ ਹੁੰਦੇ ਆ ਨਾ ਜੀ ਤਾਂ ਮੇਰੇ ਖਿਆਲ ਦੇ ਨਾਲ ਪੰਜਾਬੀ ਚ ਲਿਖਣੇ ਚਾਹੀਦੇ ਆ ਵੀ ਜੇ ਪੰਜਾਬ ਚ ਇਸਤੇਮਾਲ ਹੋ ਰਹੀ ਆ ਨਾ ਕਿਉਂਕਿ ਸਾਡੇ ਜਿਹੜੇ ਬਜ਼ੁਰਗ ਜਾਂ ਕਹਿੰਦੇ ਸਾਡੇ ਘੱਟ ਪੜੇ ਲਿਖੇ ਉਹ ਅੱਖਰ ਜੋੜ ਲੈਂਦੇ ਨੇ ਜੀ ਤਾਂ ਘੱਟੋ ਘੱਟੀ ਇੰਨੀ ਕੁ ਸਹੂਲਤ ਹੋ ਜਾਵੇ ਹਾਲਾਂਕਿ ਮੈਨੂੰ ਯਾਦ ਨਹੀਂ ਉਹਨ ਵੋਟ ਤੇ 2 ਸਾਲ ਪਹਿਲਾਂ ਪਾਈ ਸੀਗੀ ਆ ਪਰ ਕਈ ਵੀਰੇ ਪ੍ਰਤਿਆ ਮੈਨੂੰ ਯਾਦ ਨਹੀਂ ਮੈਂ ਮਕਬਾ ਮੈਨੂੰ ਯਾਦ ਨਹੀਂ ਬਹੁਤ ਭਲੱਕੜ ਆਦਮੀ ਆ ਮੈਂ ਜੀ ਕੋਈ ਗੱਲ ਨਹੀਂ ਇਲੈਕਸ਼ਨ ਡਿਊਟੀ ਵਾਲੇ ਤੋਂ ਆਪਾਂ ਕਿਸੇ ਤੋਂ ਪੁੱਛ ਲਾਂਗੇ ਉਹਨਾਂ ਨੇ ਚਲੋ ਕੋਈ ਗੱਲ ਨਹੀਂ ਹਾਂ ਜੀ ਇਹ ਵੀ ਚੀਜ਼ ਆਪਾਂ ਦੱਸਾਂਗੇ ਤਾਂ ਖੈਰ ਕੋਈ ਗੱਲ ਨਹੀਂ ਤੁਸੀਂ ਅਗਲਾ ਜੀ ਉਹ ਗੱਲ ਕਰ ਰਹੇ ਸੀ ਮਿੰਟੂ ਜੀ ਆਪਾਂ ਜੋ ਦਿੱਲੀ ਦੇ ਵਿੱਚ ਹੋਇਆ ਸੀਮ ਹਾਊਸ ਦੇ ਵਿੱਚ ਉੱਥੇ ਕੇਜਰੀਵਾਲ ਸਾਹਿਬ ਦੇ ਘਰ ਦੇ ਵਿੱਚ ਦੇਖੋ ਆਪਾਂ ਮਾਨ ਸਾਹਿਬ ਕੱਲ ਵੀ ਗੱਲ ਕੀਤੀ ਸੀਗੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕੁਝ ਨਾ ਕੁਝ ਤੇ ਹੋਇਆ ਜੀ ਜਿਸ ਤਰ੍ਹਾਂ ਆਪਾਂ ਮਤਲਬ ਕਿ ਵੱਖ-ਵੱਖ ਦਿੱਲੀ ਤੋਂ ਛਪੀਆਂ ਜਾਂ ਜੋ ਰਿਪੋਰਟਾਂ ਸੁਣਾਈਆਂ ਗਈਆਂ ਉਹਨਾਂ ਦੇ ਵਿੱਚੋਂ ਕੁਝ ਗੱਲਾਂ ਜਿਹੜੀਆਂ ਨੋਟ ਕਰਕੇ ਤੇ ਫਿਰ ਉਹਨਾਂ ਨੂੰ ਪੁਆਇੰਟ ਆਊਟ ਕਰਨ ਤੋਂ ਬਾਅਦ ਕੋਈ ਆਪਣਾ opinion ਜਾਂ ਅੰਦਾਜ਼ਾ ਕਹ ਲੋ ਤਾਂ ਕਾ ਆਪਣਾ ਲਾਇਆ ਤਾਂ ਉਹ ਉਹਦੇ ਤੋਂ ਨਿਚੋੜ ਤਾ ਹੀ ਨਿਕਲਦਾ ਸੀਗਾ ਕਿ ਸਭ ਅੱਛਾ ਨਹੀਂ ਹੈ ਜੀ ਹੁਣ ਕਮਾਲ ਦੀ ਗੱਲ ਤੇ ਇਹ ਆ ਕਿ ਵੈਬਵ ਕੁਮਾਰ ਬਾਰੇ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਕਿ ਵੈਬਵ ਕੁਮਾਰ ਜਿਹੜਾ ਹੈ ਉਹ ਤੇ ਰਾਈਟ ਹੈਂਡ ਹੈ ਹਾਂਜੀ ਆਪਾਂ ਜ਼ਿਕਰ ਕਰ ਦਿੱਤਾ ਉਹਦੀ ਸ਼ਿਕਾਇਤ ਹੋਣੀ ਅਰਵਿੰਦ ਕੇਜਰੀਵਾਲ ਦੀ ਹੀ ਸ਼ਿਕਾਇਤ ਹੋਣੀ ਹੈ ਜੀ ਇੱਕ ਤਰ੍ਹਾਂ ਨਾਲ ਕਹਿ ਲਓ ਹਾਂ ਬਿਲਕੁਲ ਉਹਦੇ ਨਾਲ ਹਾਂਜੀ ਬਿਲਕੁਲ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਕਿ 2007 ਤੋਂ ਲੈ ਕੇ ਵੈਬਵ 2007 ਤੋਂ ਲੈ ਕੇ ਅਰਵਿੰਦ ਕੇਜਰੀਵਾਲ ਦੇ ਨਾਲ ਹੈ ਅੱਛਾ ਜੀ ਪੁੱਛ ਲਓ ਕਿਸੇ ਵੀ ਪੁਰਾਣੇ ਬੰਦੇ ਤੋਂ ਮਤਲਬ 17 ਸਾਲ ਪੰਜਾਬ ਵਾਲੇ ਵੀ ਤੁਹਾਨੂੰ ਜਿਹੜੇ ਬੰਦੇ ਅਰਵਿੰਦ ਕੇਜਰੀਵਾਲ ਦੇ ਕੋਲ ਹੈਗੇ ਨੇ ਆਪਣੇ ਆਮ ਸ਼ਹਿਰਾਂ ਚ ਵੀ ਜਿਹੜੇ ਅਰਵਿੰਦ ਕੇਜਰੀਵਾਲ ਤੱਕ ਰਸਾਈ ਰੱਖਦੇ ਰਹੇ ਨੇ ਜਾਂ ਰੱਖਦੇ ਆ ਤੁਸੀਂ ਪੁੱਛ ਲਿਓ ਕਿ ਵੈਬ ਆਫ ਕੌਣ ਆ ਯਾਨੀ ਉਹਨਾਂ ਦਾ ਇੱਕ ਤਰ੍ਹਾਂ ਨਾਲ ਫੈਮਿਲੀ ਮੈਂਬਰ ਹੈ ਜੀ ਜੇ ਸੰਜੀ ਅੱਛਾ ਕਮਾਲ ਦੀ ਗੱਲ ਹੈ ਕਿ ਨਾ ਤਾਂ ਖੰਡਣ ਆਇਆ ਨਾ ਇਸ ਘਟਨਾ ਦੀ ਪ੍ਰਵਾਨਗੀ ਆਈ ਸੀਐਮਓ ਵੱਲੋਂ ਜੀ ਮੁੱਖ ਮੰਤਰੀ ਦਾ ਘਰ ਮੁੱਖ ਮੰਤਰੀ ਦੀ ਰਹਿਸ਼ ਉਹਦੇ ਚ ਏਡੇ ਵੱਡੇ ਦੋਸ਼ ਲੱਗਣ ਕੋਈ ਸਫਾਈ ਨਾ ਆਵੇ ਸਵਾਤੀ ਮਾਲੀਵਾਲ ਦਾ ਚੁੱਪ ਕਰ ਜਾਣਾ ਤੇ ਸੰਜੇ ਸਿੰਘ ਦਾ ਖੁੱਲ ਕੇ ਮੈਦਾਨ ਚ ਆ ਜਾਣਾ ਤੇ ਉਸ ਪ੍ਰੈਸ ਕਾਨਫਰੰਸ ਨੂੰ ਏਐਨਆਈ ਵੱਲੋਂ ਬੜੇ ਵੱਡੇ ਪੱਦਰ ਤੇ ਪਸਾਰ ਦੇ ਦੇਣਾ ਜੀ ਇਹ ਸੁਖ ਨਹੀਂ ਜਾਪਦੀ ਇਹ ਪੁਰਾਣੇ ਸਿੰਗਰ ਦਾ ਇੱਕ ਦਾ ਗੀਤ ਸੀ ਮੈਨੂੰ ਸੁਖ ਨਹੀਂ ਜਾਪਦੀ ਗਾ ਨਹੀਂ ਬੋਲਣਾ ਆਪਾਂ ਜੀ ਗੰਦੇ ਰਿਕਾਰਡ ਉਦੋਂ ਵੀ ਕਈ ਵਾਰ ਆਉਂਦੇ ਹੁੰਦੇ ਸੀ ਚਲੋ ਕੋਈ ਗੱਲ ਨਹੀਂ ਜੀ ਖੈਰ ਤੇ ਗੱਲ ਇਹ ਆ ਕਿ ਭਾਈ ਹੁਣ ਇਹਦੇ ਵਿੱਚ ਇਹ ਤੇ ਸਾਫ਼ ਹੋ ਗਿਆ ਕਿ ਸੰਜੇ ਸਿੰਘ ਨੇ ਜੋ ਚੁੱਪੀ ਸੀ ਉਸ ਚੁੱਪੀ ਤੋਂ ਚਾਦਰ ਜੜੀ ਆ ਉਹ ਚੁੱਕ ਦਿੱਤੀ ਜੀ ਤੇ ਕਹਿ ਦਿੱਤਾ ਕਿ ਸਵਾਤੀ ਮਾਲੀਵਾਲ ਮੁੱਖ ਮੰਤਰੀ ਦੀ ਰੈਸ਼ ਤੇ ਆਈ ਸੀ ਉਹ ਮੀਟਿੰਗ ਕਰਨਾ ਚਾਹੁੰਦੀ ਸੀ ਡਰਾਇੰਗ ਰੂਮ 'ਚ ਬੈਠੀ ਆ ਵੈਬ ਉਹਨੇ ਆ ਕੇ ਉਹਦੇ ਨਾਲ ਬੱਦ ਸਲੂਕੀ ਕੀਤੀ ਆ ਉਹਨੇ ਬਹੁਤ ਕਹਿ ਲੋ ਕਿ ਭੇੜਾ ਵਿਹਾਰ ਕੀਤਾ ਸਵਾਤੀ ਮਾਲੀਵਾਲ ਕਿਉਂਕਿ ਸਾਡੀ ਪੁਰਾਣੀ ਸਾਥੀ ਆ ਬਹੁਤ ਪੁਰਾਣੀ ਲੀਡਰ ਆ ਭਾਈ ਪਾਰਟੀ ਉਹਦੇ ਨਾਲ ਖਲੋਦੀ ਆ ਕਮਾਲ ਇਹ ਆ ਕਿ ਨਵੀਨ ਜੈ ਹਿੰਦ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਨਵੀਨ ਜੈ ਹਿੰਦ ਪੁਰਾਣਾ ਯਾਰ ਅਰਵਿੰਦ ਕੇਜਰੀਵਾਲ ਦਾ ਉਹ ਸਵਾਤੀ ਮਾਲੀਵਾਲ ਦਾ ਸਾਬਕਾ ਪਤੀ ਆ ਜੀ ਉਹ ਵੀ ਆ ਗਿਆ ਹੱਕ ਚ ਮਤਲਬ ਕਿ ਵੇਖੋ ਗੇਮ ਕਿਵੇਂ ਬਦਲੀ ਆ ਕੁਝ ਘੰਟਿਆਂ ਦੇ ਅੰਦਰ ਅੰਦਰ ਤਾਂ ਹੁਣ ਉਹਦਾ ਸਿੱਟਾ ਕੀ ਨਿਕਲਿਆ ਸਿੱਟਾ ਇਹ ਨਿਕਲਿਆ ਕਿ ਚਾਹੇ ਉਹ ਬਾਸੂਰੀ ਸਵਰਾਜ ਹੋਵੇ ਚਾਹੇ ਭਾਜਪਾ ਦਾ ਕਾਡਰ ਹੋਵੇ ਜੀ ਉਹਨਾਂ ਦੇ ਆਰ.ਟੀ. ਸਰ ਨੇ ਪੂਰਾ ਕੰਮ ਚਲਾਇਆ ਬਿਲਕੁਲ ਜੀ ਉਹਨਾਂ ਨੇ ਇਸ ਮੁੱਦੇ ਨੂੰ ਟ੍ਰੈਂਡਿੰਗ ਚ ਲੈ ਆਂਦਾ ਹਾਂ ਤੇ ਕਿਸ ਤਰ੍ਹਾਂ ਦੇ ਨਾਲ ਜਿਹੜੇ ਕੇਜਰੀਵਾਲ ਸਾਹਿਬ ਦੀ ਵਾਈਫ ਨਾਲ ਜੋੜਿਆ ਉਹਨਾਂ ਨੇ ਜਾ ਕੇ ਉਹ ਲੱਗ ਤੋਂ ਉਹਨਾਂ ਨੇ ਟਵੀਟ ਕਰ ਕਰਕੇ ਮਤਲਬ ਉਹ ਨਹੀਂ ਮੈਨੂੰ ਪਤਾ ਉਹ ਕਿਵੇਂ ਜੋੜਿਆ ਥੋੜਾ ਉਹਨਾਂ ਨੇ ਕੁਛ ਸੁਨੀਤਾ ਭਾਬੀ ਕਰਕੇ ਟੈਗਸ ਚਲਾਏ ਸੀ ਸੁਨੀਤਾ ਹਾਂ ਸੁਨੀਤਾ ਕੇਜਰੀਵਾਲ ਸੁਨੀਤਾ ਭਾਬੀ ਕਰਕੇ ਮਤਲਬ ਹਿੰਦੀ ਚ ਕਰਕੇ ਉਹਨਾਂ ਨੇ ਟੈਗਸ ਲਾਏ ਸੀਗੇ ਟਵੀਟ ਦੇ ਟਵਿੱਟਰ ਦੇ ਉੱਪਰ ਕਹਿੰਨੇ ਕਿ ਇਸ ਕਰਕੇ ਕਿਉਂਕਿ ਵੀ ਇਹ ਚਾਉਂਦੇ ਸੀਗੇ ਕਿ ਬਈ ਇਹਨਾਂ ਨੂੰ ਥੱਲੇ ਲਾ ਕੇ ਰੱਖਿਆ ਜਾਵੇ ਕਹਿੰਨੇ ਕਿ ਬਈ ਸਵਾਤੀ ਮਾਲੇਵਾਲ ਹਾਂਜੀ ਤਾਂ ਉਹ ਮਤਲਬ ਕੁਛ ਇਸ ਤਰ੍ਹਾਂ ਦੀ ਗੱਲਬਾਤ ਉਹਨਾਂ ਨੇ ਕੱਢੀਆਂ ਨੇ ਜੀ ਗੱਲ ਇਹ ਆ ਕਿ ਹੁਣ ਦੇਖੋ ਸੰਜੇ ਸਿੰਘ ਬਾਰੇ ਪਹਿਲਾਂ ਕਿਹਾ ਜਾ ਰਿਆ ਸੀਗਾ ਜੀ ਕਿ ਸੰਜੇ ਸਿੰਘ ਜੇਲ੍ਹ ਤੋਂ ਆ ਕੇ ਪਟਾਕਾ ਪਾ ਸਕਦਾ ਹੈ ਹੁਣ ਇਹਦੇ ਚ ਪਤਾ ਨਹੀਂ ਕੀ ਅੱਗੇ ਜਾ ਕੇ ਹੋਊਗਾ ਜੀ ਪਰ ਕੁਝ ਲੋਕਾਂ ਨੇ ਮੈਂ ਤੇ ਕਹਿੰਦਾ ਨਹੀਂ ਪਰ ਕੁਝ ਲੋਕਾਂ ਨੇ ਸ਼ਰਅ ਹਮ ਕਿ ਸੰਜੇ ਸਿੰਘ ਨੂੰ ਬੜੀ ਵਿਉਂਤ ਨਾਲ ਜੇਲ੍ਹ ਤੋੜਿਆ ਕਰਵਾਇਆ ਗਿਆ ਹਾਲਾਂਕਿ ਹਰ ਇੱਕ ਗਲਤ ਥਿਊਰੀ ਦੇ ਦਿੱਤੀ ਜਾਂਦੀ ਆ ਪਰ ਹੁਣ ਜਿਸ ਤਰ੍ਹਾਂ ਸੰਜੇ ਸਿੰਘ ਨੇ ਫਸਾ ਦਿੱਤਾ Arvind Kejriwal ਨੂੰ ਮੈਨੂੰ ਤੇ ਏਉਂ ਲੱਗਦਾ ਕਿ ਜਿੱਥੇ ਜਿੱਥੇ ਪ੍ਰਚਾਰ ਕੀਤਾ ਜਾਏਗਾ Arvind Kejriwal ਵੱਲੋਂ ਉੱਥੇ-ਉੱਥੇ ਵਿਰੋਧ ਜਿਹੜਾ ਸ਼ੁਰੂ ਹੋ ਜਾਏਗਾ ਜੀ ਜਿੱਥੇ ਪ੍ਰੈਸ ਕਾਨਫਰੰਸ ਤੇ ਜਾਣਗੇ ਸਭ ਤੋਂ ਵੱਡਾ ਮੁੱਦਾ ਤੁਹਾਨੂੰ ਪਤਾ ਹੀ ਹੈ ਉੱਥੇ 95% ਪੱਤਰਕਾਰ ਕੌਣ ਹੋਣਗੇ ਤੇ ਕਿਹਨਾਂ ਦੇ ਹੋਣਗੇ ਉੱਥੇ ਮਤਲਬ ਕਿ ਵਾਲ ਦੀ ਖੱਲ ਲੈਣ ਵਾਲੀ ਗੱਲ ਹੋ ਗਈ ਤੇ ਇਸ ਮੁੱਦੇ ਤੇ ਕਿਉਂਕਿ ਇਹ ਇੱਕ ਔਰਤ ਨਾਲ ਜੁੜਿਆ ਮਸਲਾ ਹੈ ਤਾਂ ਕਿਤੇ ਨਾ ਕਿਤੇ ਬਹੁਤ ਕਸੂਤਾ ਮਾਮਲਾ ਹੋ ਗਿਆ ਪਰ ਹੈਰਾਨਗੀ ਦੀ ਗੱਲ ਹੈ ਕਿ ਜੇ ਸਵਾਤੀ ਮਾਲੀਵਾਲ ਨਾਲ ਸੰਜੇ ਸਿੰਘ ਦੇ ਮੁਤਾਬਕ ਇਸ ਤਰ੍ਹਾਂ ਹੋਇਆ ਤੇ ਵੈਬਬ ਦੇ ਖਿਲਾਫ ਫਿਰ ਐਫ ਆਈ ਆਰ ਕਿਉਂ ਨਹੀਂ ਕਰਵਾਈ ਜਾ ਰਹੀ ਉਹਨੂੰ ਹੁਣ ਤੱਕ ਫਿਰ ਤੁਸੀਂ ਉੱਥੇ ਕਿਉਂ ਰੱਖ ਰੱਖਿਆ ਜੀ ਮੈਂ ਤੁਹਾਨੂੰ ਕਿਹਾ ਸੀਗਾ ਜਿਹੜੀ ਗੱਲ ਸੀਗੀ ਕਿ ਸਵਾਤੀ ਮਾਲੀਵਾਲ ਦੀ ਨਾਰਾਜ਼ਗੀ ਹੈ ਤੇ ਉਧਰੋਂ ਉਹਨਾਂ ਦੀ ਨਾਰਾਜ਼ਗੀ ਸਵਾਤੀ ਮਾਲੀਵਾਲ ਨਾਲ ਹੈ ਜੀ ਇਹਦਾ ਮਤਲਬ ਇਹ ਆ ਕਿ ਮੁੱਖ ਮੰਤਰੀ ਦੀ ਰਾਇਸ਼ ਦੇ ਵਿੱਚ ਇੱਕ ਭੇੜ ਤੇ ਹੋਇਆ ਜੀ ਉਹ ਹੁਣ ਕਿੰਨਾ ਵਧਿਆ ਜਾਂ ਸ਼ਬਦਾਂ ਤੱਕ ਮਹਦੂਦ ਰਿਹਾ ਆ ਆਪਾਂ ਕੁਝ ਨਹੀਂ ਕਹਿ ਸਕਦੇ ਜੀ ਅੰਦਰ ਕੀ ਹੋਇਆ ਉਹ ਤੋਂ ਬਿਨਾਂ ਅਸੀਂ ਦੱਸ ਨਹੀਂ ਸਕਦੇ ਇਹਦੀ ਹੁਣ ਜਾਂਚ ਪੜਤਾਲ ਕਰਵਾਉਣੀ ਚਾਹੀਦੀ ਆ ਜੀ ਤੇ ਸਾਡੀ ਜਿਹੜੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਮੈਂ ਉਹਨੂੰ ਫੇਰ ਬੇਨਤੀ ਕਰਾਂਗਾ ਭੈਣ ਜੀ ਨੂੰ ਕਿ ਤੁਹਾਨੂੰ ਵੀ ਜ਼ਰੂਰ ਬੋਲਣਾ ਚਾਹੀਦਾ ਹੈ ਇੱਥੇ ਮਸਲਾ ਔਰਤ ਦੇ ਹੱਕ ਦਾ ਬਣ ਗਿਆ ਬੀਬੀ ਜੀ ਆਪਾਂ ਇਹਦੇ ਤੇ ਚੁੱਪ ਨਹੀਂ ਰਹਿ ਸਕਦੇ ਆਪਾਂ ਤਾਂ ਜਿਹੜਾ ਫਰਜ਼ ਆ ਉਹ ਨਿਭਾਉਣਾ ਹੀ ਆ ਤੁਸੀਂ ਤਾਂ ਹੈ ਪੰਜਾਬ ਤੋਂ ਨਾਲੇ ਪੰਜਾਬ ਦੀ ਧੀ ਕਿਵੇਂ ਚੁੱਪ ਕਰ ਸਕਦੀ ਆ ਜੀ ਤੁਹਾਨੂੰ ਝੰਡਾ ਚੁੱਕਣਾ ਚਾਹੀਦਾ ਤੁਹਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਤੁਹਾਨੂੰ ਚਾਹੀਦਾ ਕਿ ਤੁਸੀਂ ਭਗਵੰਤ ਮਾਨ ਨੂੰ ਵੀ ਸਵਾਲ ਕਰੋ ਕਿ ਤੁਸੀਂ ਕਿੱਧਰ ਖਲੋਤੇ ਹੋ ਜੀ ਤੁਹਾਨੂੰ ਚਾਹੀਦਾ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਅੱਗੇ ਵੀ ਸਵਾਲ ਰੱਖੋ ਕਿ ਕੀ ਤੁਸੀਂ ਚੁੱਪ ਕਰਕੇ ਔਰਤ ਨੂੰ ਬਈ ਇਸ ਤਰ੍ਹਾਂ ਸਹਿਨ ਵਾਸਤੇ ਕਹਿ ਰਹੇ ਹੋ ਕਿ ਸਭ ਕੁਝ ਜੋ ਹੋਇਆ ਸਹਿਨ ਕਰੋ ਸੋ ਬੀਬੀ ਜੀ ਜਾਗੋ ਜਾਗੋ ਇਹ ਔਰਤ ਦੇ ਹੱਕ ਦਾ ਮਸਲਾ ਹੈ ਜੀ ਇਹ ਔਰਤ ਨੂੰ ਨਿਆਂ ਦੇਣ ਦਾ ਮਸਲਾ ਹੈ ਤੁਹਾਡੀ ਚੁੱਪ ਜਿਹੜੀ ਹੈ ਉਹ ਦੋ ਦਿਨ ਤੋਂ ਬਹੁਤ ਕਿਤੇ ਨਾ ਕਿਤੇ ਕਹਿ ਲੋ ਕਿ ਥੋੜੀ ਰੜਕ ਰਹੀ ਹੈ ਜੀ ਕਿ ਚੰਨੀ ਸਾਹਿਬ ਵੀ ਸੁੱਕੇ ਜਾ ਰਹੇ ਆ ਜੀ ਤੇ ਇਧਰੋਂ ਇਹ ਨਾ ਵੈਭਾ ਬਣਾ ਜਾ ਪਾਦੇ ਹੁਣ ਤਗੜੇ ਹੋ ਜਾਓ ਅਸੀਂ ਸਾਰੇ ਸਾਥ ਦੇ ਆਂਗੇ ਬੀਬੀ ਜੀ 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 ਗੱਲ ਬਿਲਕੁਲ ਠੀਕ ਆ ਜੀ ਬਲਵਿੰਦਰ ਜੀ ਇਹੋ ਕਹਿੰਦੇ ਪਏ ਅੰਦਰ ਗੱਲ ਕੁਝ ਹੋਰ ਹੈ ਜੀ ਸੋਸ਼ਲ ਮੀਡੀਆ ਤੇ ਕਈ ਲੋਕ ਕਹਿੰਦੇ ਕਿ ਮੀਆਂ ਬੀਵੀ ਔਰ ਉਹ ਵਾਲਾ ਮਸਲਾ ਵੀ ਉਹ ਵੀ ਦੱਸਿਆ ਜਾ ਰਿਹਾ ਜੀ ਕਹਿੰਦੇ ਸਚਾਈ ਕੀ ਇਹ ਤਾਂ ਕੋਈ ਅੰਦਰਲਾ ਬੰਦਾ ਹੀ ਦੱਸ ਸਕਦਾ ਪ੍ਰਗਟ ਜੀ ਕਹਿੰਦੇ ਪਏ ਜੀ ਮੈਨੂੰ ਲੱਗਦਾ ਵੈਬ ਨੂੰ ਖਤਮ ਕਰਨਾ ਚਾਹੁੰਦਾ ਕੇਜਰੀਵਾਲ ਸਾਹਿਬ ਕਿਉਂਕਿ ਰਾਜ਼ ਬਹੁਤ ਹੈ ਜੀ ਉਹ ਜਾਣਦਾ ਜੀ ਇਹ ਕਹਿੰਦੇ ਕਿ ਭਾਈ ਅੱਗੇ ਵੀ ਕਿਹਾ ਸੀ ਕਿ ਰਾਜ਼ਦਾਰ ਸਭ ਤੋਂ ਵੱਡਾ ਜੇਕਰ ਕੋਈ ਹੈ ਜੀ ਤਾਂ ਮੇਰੇ ਖਿਆਲ ਦੇ ਨਾਲ ਉਹੀ ਆ ਵੈਭਵ ਨੂੰ ਹਟਾਇਆ ਜਾ ਰਿਹਾ ਫਸਾਇਆ ਜਾ ਰਿਹਾ ਕੀ ਮਸਲਾ ਮੈਨੂੰ ਨਹੀਂ ਪਤਾ ਜੀ ਪਰ ਇਹ ਵੀ ਤੁਹਾਨੂੰ ਇੱਕ ਨੁਕਤਾ ਵਿਚਾਰਨਾ ਪਏਗਾ ਕਿ ਸੁਵਾਤੀ ਮਾਲੀਵਾਲ ਜਿਹੜੀ ਹੈ ਉਹਦੇ ਨਾਲ ਨਰਾਜ਼ਗੀ ਕੇਜਰੀਵਾਲ ਫੈਮਿਲੀ ਦੀ ਹੈ ਤੇ ਦੱਸਦੇ ਆ ਕਿ ਕੁਝ ਰਿਪੋਰਟਾਂ ਕਹਿ ਰਹੀਆਂ ਨੇ ਕਿ ਕੇਜਰੀਵਾਲ ਨੇ ਮਨਾ ਕਰ ਦਿੱਤਾ ਮੁਲਾਕਾਤ ਵਾਸਤੇ ਇਥੋਂ ਗੱਲ ਵਿਗੜੀ ਕੁਝ ਕਹਿੰਦੇ ਆ ਕਿ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਨਹੀਂ ਅਹੀਂ ਨਹੀਂ ਮਿਲਣਾ ਤੇ ਕੁਝ ਨੇ ਇਹ ਕਿਹਾ ਕਿ ਵੈਭਵ ਨੇ ਆ ਕੇ ਕਿਹਾ ਕਿ ਨਹੀਂ ਹੋਏਗੀ ਬੋਲਿਆ ਇਥੋਂ ਗੱਲ ਵਿਗੜੀ ਵੀ ਤੂੰ ਕਾ ਜੀ ਤੂੰ ਕਾ ਕਿ ਜੀ ਮੈਂ ਖਾ ਮਖਾ ਤਾਂ ਬਾਕੀ ਹੁਣ ਸਚਾਈ ਜਿਹੜੀ ਹੈ ਉਹਦੇ ਤੋਂ ਪਰਦਾ ਉੱਠਣਾ ਚਾਹੀਦਾ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਦੇ ਯੋਧੇ ਨੇ ਇਹ ਸਾਡੇ ਜਿਹੜੇ ਇਨਕਲਾਬੀ ਨੇ ਜਿਨ੍ਹਾਂ ਨੂੰ ਔਰਤਾਂ ਦਾ ਇਨਾ ਫਿਕਰ ਹੈ ਕਿ 1-1000 ਰੁਪਿਆ ਵੀ ਦੇਣਾ ਹਲੇ ਜੁੜ ਕੇ 26-27000 ਰੁਪਿਆ ਬਣਿਆ ਪਿਆ ਮੇਰੇ ਖਲ ਨਾਲ ਜੀ ਇਹਨਾਂ ਨੇ ਬਹੁਤ ਕੰਮ ਕਰਨੇ ਨੇ ਔਰਤਾਂ ਨੂੰ ਕੋਈ ਟਿਕਟ ਨਹੀਂ ਦੇ ਸਕੇ ਇਸ ਭੁੱਲ ਨੂੰ ਇਸ ਸੁਧਾਰਤ ਕਰਨਾ ਸ਼ਹਿਰੀ ਕਲਸੀ ਨੂੰ ਚਾਹੀਦਾ ਕਿ ਉਹ ਜੀਪੜਾ ਜਾਂ ਲੈ ਕੇ ਉਹ ਦਿੱਲੀ ਨੂੰ ਪ੍ਰਸਥਾਨ ਕਰ ਦੇ ਕੋਚ ਕਰ ਦੇਵੇ ਜੀ ਤੇ ਉਸੇ ਤਰ੍ਹਾਂ ਮਾਈਕ ਲੈ ਕੇ ਸੀਐਮ ਦੀ ਰਹਿائش ਤੇ ਜਾ ਕੇ ਕਹਵੇ ਚਾਚਾ ਬਾਹਰ ਆ ਚਾਚਾ ਗੱਲ ਸੁਣ ਮੇਰੀ ਗੱਲ ਸੁਣ ਜੀ 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 ਗੱਲ ਬਿਲਕੁਲ ਠੀਕ ਹੈ ਤੁਹਾਡੀ ਬਾਕੀ ਚਲੋ ਦੇਖਦੇ ਅੱਗੇ ਵੰਦਾ ਕੀ ਹੈ ਜੀ ਪਰ ਬੜੇ ਇਧਰਲੇ ਪਾਸੇ ਇੱਕ ਕਮੈਂਟ ਆਇਆ ਮਾਲਵਾ ਬੈਲਟ ਦਾ ਜੀ ਉਹ ਕਹਿੰਦੇ ਕਿ ਸਾਡੇ ਵਾਲੇ ਮੁੱਖ ਮੰਤਰੀ ਨੂੰ ਬਸ ਕੇ ਜਾਣਾ ਚਾਹੀਦਾ ਕਿਤੇ ਉੱਥੇ ਜਾ ਕੇ ਡੰਡਾ ਪਰੇਟ ਹੋ ਜਾਏ ਜੀ ਕਹਿੰਦੇ ਹਾਰ ਨਾ ਗੁੱਸਾ ਨਾ ਕਿਤੇ ਇਧਰ ਨਿਕਲ ਜਾ ਕੇ ਜਰੀਵਾਲ ਸਾਹਿਬ ਦਾ ਜੀ ਇਹ ਸਾਡੇ ਵਾਲੇ ਨੇ ਚੁੱਪ ਨਹੀਂ ਕਰਨਾ ਫਿਰ ਇਹ ਰੋਸੇ ਗਿਆ ਮਨਾਉਣਾ ਬੜਾ ਔਖਾ ਮੈਨੂੰ ਲੱਗਦਾ ਹਾਂਜੀ ਹਾਂਜੀ ਜੀ 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 ਤਾਂ ਇਹਦੇ ਨਾਲ ਮੈਂ ਕੋਈ ਹੋਰ ਵੀ ਦੇਖ ਲੈਣਾ ਇਸ ਮੁਤਲਕ ਕੋਮੈਂਟ ਹੋਇਆ ਤਾਂ ਕਹਿੰਦੇ ਪਿਆ ਹਾਂਜੀ ਪੰਜਾਬ ਦੀ ਮਹਿਲਾ ਕਮਿਸ਼ਨ ਨੇ ਆਪਣੀ ਕੁਰਸੀ ਥੋੜਾ ਗਵਾਉਣੀ ਹੈ ਮਿੰਟੂ ਜੀ ਕਹਿੰਦੇ ਕਿ ਵੀ ਐਨੇ ਐਨੀ ਨਾ ਤੁਸੀਂ ਕਹਿੰਦੇ ਕਿ ਨਹੀਂ ਨਹੀਂ ਉਹ ਮੈਂ ਤੇ ਅਪੀਲ ਹੀ ਕਰ ਸਕਦਾ ਹਾਂ ਜੀ ਮੈਂ ਤੇ ਮਾੜਾ ਬੰਦਾ ਜੀ ਮਾਤੜ ਆਦਮੀ ਆ ਜੀ ਮੈਂ ਤੇ ਕਹਿ ਰਿਹਾ ਕਿ ਭਾਈ ਗਰੀਬੜੇ ਜੇ ਬੰਦੇ ਆਸੀਂ ਤੇ ਦਰਖਾਸਤ ਹੀ ਕਰ ਸਕਦੇ ਆਂ ਕਿ ਇੱਕ ਔਰਤ ਦੇ ਨਿਆਂ ਦਾ ਮਸਲਾ ਹੈ ਅਸੀਂ ਕਿਵੇਂ ਚੁੱਪ ਰਹਿ ਸਕਦੇ ਹਾਂ ਜੀ ਜੀ ਠੀਕ ਹੈ ਨਾ ਜੀ 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 ਤਾਂ ਇਹਦੇ ਨਾਲ ਬਾਈ ਆਪਾਂ ਪਹਿਲੀ ਗੱਲ ਹੋ ਗਈ ਹੈ ਆਪਣਾ ਤੇਜਵਿੰਦ ਤੇਜਵਿੰਦਰ ਜੀ ਹੋ ਗਈ ਅਮਰਤਪਾਲ ਸਿੰਘ ਦੀ ਗੱਲ ਜੀ ਉੱਪਰ ਵੀ ਮਿੰਟੂ ਜੀ ਉਹ ਵੀ ਉਹ ਕਹਿੰਦੇ ਪੈਸੀ ਕਿ ਕੈਨੇਡੀਅਨ ਫਾਰਮਰ ਕਰਕੇ ਇੱਕ ਆਈਡੀ ਹੈ ਉਹ ਕਹਿੰਦੇ ਕਿ 13 ਮਈ ਨੂੰ ਐਮ ਐਲ ਏ ਬਲਾਸਪੁਰ ਆ ਜਿਹੜੇ ਉਹ ਅਮਰਤਪਾਲ ਸਿੰਘ ਦੇ ਜਿਹੜੇ ਹਮਸ਼ਕਲ ਨੇ ਭਾਬ ਕਿ ਉਹ ਅਮਰਤਪਾਲ ਸਿੰਘ ਉਹਨਾਂ ਦੇ ਘਰ ਆਏ ਸੀਗੇ ਜੀ ਕਹਿੰਦੇ ਅੱਛਾ 13 ਅਗਲੇ ਦਿਨ ਉਸਨੇ ਕਾਗਜ਼ 'ਤੇ ਦਿੱਤੇ 14 ਨੂੰ ਵਾਹ ਜੀ ਵਾਹ ਮੌਜ ਬਣ ਗਈ ਮੌਜ ਕਰਦੀ ਬੇਟੇ ਤੇ ਮੌਜ ਹੋ ਗਈ ਉਹਦੀ ਤੇ ਲੋਕ ਸਭਾ ਹਲਕਾ ਫਰੀਦਕੋਟ ਦਾ ਕੋਈ ਮਿਲਿਆ ਮੀਤ ਪ੍ਰਧਾਨ ਸਮਥਿੰਗ ਕੁਝ ਉਹ ਵੀ ਹੁੰਦਾ ਹੈਗਾ ਉਹਦੇ ਕੋਲੇ ਸ਼ਾਇਦ ਅੱਛਾ ਜੀ ਅਹੁਦੇਦਾਰ ਵੀ ਹਾਂ ਮੈਨੂੰ ਪੋਸਟਾ ਪੋਸਟਾ ਮਤਲਬ ਫਰਲੇ ਜੇ ਤੁਰੇ ਫਰਦੇ ਫਰੀਦਕੋਟ ਤੋਂ ਇਲੈਕਸ਼ਨ ਨਾ ਲੜਨ ਦੀ ਇੱਛਾ ਹੋਵੇ ਜਾ ਕੇ ਉੱਥੇ ਖਡੂਰ ਸਾਹਿਬ ਦੇ ਵਿੱਚ ਉਹ ਕਹਿੰਦੇ ਹੁਣ ਕੇ ਭਈ ਅਸੀਂ ਜਿਤਨਾ ਤੇ ਇਹ ਖਡੂਰ ਸਾਹਿਬ ਦੇ ਵਿੱਚ ਅਸੀਂ ਲਾਲਜੀਤ ਭੁੱਲਰ ਨੂੰ ਹਰਾ ਕੇ ਤੇ ਆਪਦੀ ਕਾਮਯਾਬੀ ਜਿਹੜੀ ਆ ਉਹ ਬਣਾਉਣੀ ਹੈ ਹੋ ਸਕਦਾ ਲਾਲਜੀਤ ਪੁੱਲਰ ਨੂੰ ਹਰਾਉਣ ਵਾਸਤੇ ਇਹਨਾਂ ਨੇ ਭੇਜਿਆ ਹੋਵੇ ਇਹ ਵੀ ਹੋ ਸਕਦਾ ਜੀ ਬਾਕੀ ਪਤਾ ਨਹੀਂ ਹੈ ਕੀ ਬਣੇਗਾ ਕੀ ਨਹੀਂ ਬਣੇਗਾ ਜੀ ਤੇ ਇਹਦੇਲੇ ਮਾਲਵਾ ਬੈਲਟ ਦਾ ਦੁਬਾਰਾ ਕਮੈਂਟ ਆਇਆ ਕਹਿੰਦੇ ਕਿ ਸ਼ੈਰੀ ਕਲ ਸੀਦਾ ਸਾਡੇ ਵਾਲੇ ਪਾਸੇ ਤਾਂ ਜੀ ਵਿਰੋਧ ਤਾਂ ਹੈ ਜੀ ਕਹਿੰਦੇ ਕਿ ਬਈ ਜਿਮਨੀ ਚੋਣ ਦੇ ਵਿੱਚ ਵੀ ਵਿਰੋਧ ਹੋਇਆ ਸੀ ਜਿਸ ਤਰ੍ਹਾਂ ਦੇ ਨਾਲ ਸੰਗਰੂਰ ਜਿਮਨੀ ਚੋਣ ਵੇੜੇ ਕਹਿੰਦੇ ਕਿ ਬਈ ਪਤਾ ਨਹੀਂ ਇਹ ਕੀ ਬਣੇਗਾ ਉੱਥੇ ਕੀ ਨਹੀਂ ਬਣੇਗਾ ਖੈਰ ਕੋਈ ਗੱਲ ਨਹੀਂ ਆਪਾਂ ਕਿਸੇ ਦਿਨ ਫਿਰ ਗੱਲ ਕਰ ਲਾਂਗੇ